सैंडी जी मंजी तुसी हां जी असी गुस्सा ना करी तेनु मुंह ते आवाज मारी है मैं गुस्सा नहीं करदी हां जी दसो यूएसए दी कैंडी ते थाईलैंड दी सैंडी धर्म नाल दोहां दा कोई तोड़ नहीं थैंक यू सैंडी जी वैसे पूछना बनता ता नहीं फिर ना पूछो चल पूछ ही लेंदे आज सवेरे सवेरे किधर पानिया नु अग लाउण दी तैयारी कीती है मैं तो बिलियर्ड सिखण दी तैयारी करी बैठी सी अच्छा जी जूलियट को सिखाउण दा टाइम नहीं शमशेर जी कहंदे सी मैं सिखा दूंगा ओना दी वेट कर रही सी जाती स्त्री ते कैंडियां नु जफे हुण बांदर किला खेडण वाली कौम बिलियर्ड सिखाऊगी ਤੁਹਾਨੂੰ ਬਿਲੀਅਰਡ ਆਂਦੀ ਹੈ ਇਹ ਔਖਾ ਇਸ ਗੇਮ ਦੇ ਵਿੱਚ ਕਿਲੇ ਨਾਲ ਰੱਸੀ ਬੰਨੀ ਹੁੰਦੀ ਆ ਮੂਰੇ ਜੁੱਤੀਆਂ ਨਾਲ ਢੇਰ ਲਾਇਆ ਹੁੰਦਾ ਮੈਂ ਬਿਲੀਅਰਡ ਦੀ ਗੱਲ ਕਰ ਰਹੀ ਹਾਂ ਹਾਂ ਮੈਂ ਵੀ ਬਿਲੀਅਰਡ ਦੀ ਗੱਲ ਕਰ ਰਿਹਾ ਐਫਰਨ ਰੀਨਸ ਔਰ ਰਾਲਫਨ ਗ੍ਰੀਨਫੀਲਡ ਕਦੇ ਨਾ ਸੁਣਿਆ ਨਹੀਂ ਕੌਣ ਹੈ ਬਿਲੀਅਰਡ ਦੀ ਗੇਮ ਦੇ ਵਰਲਡ ਦੇ ਟਾਪ ਦੇ ਖਿਡਾਰੀ ਨੇ ਅੱਛਾ ਜੀ ਮੈਂ ਹੀ ਤੇ ਸਿਖਾਇਆ ਪਲੀਜ਼ ਫਿਰ ਮੈਨੂੰ ਵੀ ਸਿਖਾਓ ਨਾ ਅੰਨਾ ਕੀ ਭਾਲੇ ਦੋ ਅੱਖ ਜੀ ਅਬ ਮੇਰੇ ਪਤਾ ਆਓ ਨਾ अब हाथ ना हिलाओ बांह हिला सकते अच्छा सॉरी यू आर वेलकम जिस तरह अर्जुन का निशाना सिर्फ मच्छी दी अक्सी ना इसे तरह अपना निशाना व्हाइट बॉल यानी के क्यू बॉल तो हटा के अपने एम ते टिकाओ दुनिया दे रंग किन्ने तुसी भी एम ते टिकाओ ना टिकाई ता बैठा महसूस ते करो हां जी हां जी तेरी अप ए की हो रहा हु आर यू टू आस्क नहीं सैंडी जी मेरा मतलब आ की हो रहा सी शमशेर जी तुहानू की लगदा है कि तुसी नहीं सिखाओगे तो सैंडी बिलियर्ड नहीं सिख पाओगी थैंक यू फॉर मंजी यू आर ऑलवेज वेलकम ओ मैडम नु तो मैं कह नहीं सकता पर तू मेनू दस फम्मण जीरकपुरिया ओए पहले शहर ठीक कर ओए ओ शहर नु गोली मार यार आ की पखंड हो रहा सी सैंडी फारसी विच समझा के गई है जड़ तेरे पल्ले नहीं पिया तेनु दसया ता है मैं गेम सिखा रहा सी आ केड़ी गेम है जड़ियां जफियां पा पा के गेम सिखा रहा सी एनु निशाना गेम कहंदे आ शोले फिल्म देखी है आहो ਧਰਮਿੰਦਰ ਨੇ ਹੇਮਾ ਮਾਲਨੀ ਨੂੰ ਐਦਾਂ ਹੀ ਨਿਸ਼ਾਨਾ ਲਾਉਣਾ ਸਿਖਾਇਆ ਸੀ ਧਰਮਿੰਦਰ ਵੱਲੋਂ ਕੀਤੀ ਆਸ਼ਕੀ ਤਾਂ ਤੇਰੇ ਚੇਤੇ ਰਹਿ ਗਈ ਪਰ ਲੱਗਦਾ ਗੱਬਰ ਵੱਲੋਂ ਪੈ ਫਟੇ ਭੁੱਲ ਗਿਆ ਤੂੰ ਹਾਂ ਇੱਕ ਗੱਲ ਯਾਦ ਰੱਖੀ ਰਾਂਝੇ ਨੇ 12 ਸਾਲ ਮੱਝਾਂ ਦੁੱਧ ਪੀਣ ਲਈ ਨਹੀਂ ਸੀ ਚਾਰੀਆਂ ਉਹਦਾ ਕੋਈ ਮਤਲਬ ਸੀ ਇਸੇ ਤਰ੍ਹਾਂ ਮੈਂ ਮੈਨੇਜਰੀ ਦੋ ਟੁਕੜਾ ਵਾਸਤੇ ਨਹੀਂ ਕਰ ਰਿਹਾ ਬਾਕੀ ਤੂੰ ਸਮਝਦਾਰ ਇੱਕ ਗੱਲ ਮੇਰੀ ਵੀ ਕੰਨ ਖੋਲ ਕੇ ਸੁਣ ਲੈ ਕੰਨਾਂ ਚੋਂ ਮੈਲ ਕੱਢਣ ਵਾਲਿਆ ਇਹ ਤਾਂ ਮੈਨੂੰ ਪਤਾ ਨਹੀਂ ਕਿ ਰਾਂਝੇ ਨੇ ਮੱਝਾਂ 12 ਸਾਲ ਦੁੱਧ ਪੀਣ ਨੂੰ ਚਾਰੀਆਂ ਸੀ ਜਾਂ ਪਾਥੀਆਂ ਥੱਪਣ ਨੂੰ ਪਰ ਇੰਨਾ ਮੈਨੂੰ ਜ਼ਰੂਰ ਪਤਾ ਕਿ ਜਿਹੜੇ ਸਾਧ ਦੀ ਧੂਣੀ ਉਹਦੀ ਚੇਲੀ ਜਿਹਨੇ ਪੱਟ ਲਈ ਉਹਦੀ ਸੇਲੀ ਇੱਕ ਤਾਂ ਸਾਲਾ ਪੁੱਠਾ ਸਿੱਧਾ ਜਾਂ ਸ਼ੇਰ ਸੁਣਾ ਕੇ ਚਲੇ ਜਾਂਦਾ ਮੈਂ ਸਾਰੀ ਦਿਹਾੜੀ ਮਤਲਬ ਕੱਢਦਾ ਰਹਿ ਜਾਂਦਾ ਦੇਖ ਸਾਲਾ ਕਿੱਦਾਂ ਪੈਰਾਂ 'ਚ ਲਿਪਟਿਆ ਪਿਆ ਜਿਵੇਂ ਝੋਨੇ ਨੂੰ ਪੱਤਾ ਲਪੇਟ ਸੁੰਡੀ ਪੈਂਦੀ ਆ ਓ ਬ੍ਰਹਮਪੁਰੀਆ ਆ ਕੀ ਸੀਨ ਓਏ ਸੀਨ ਤਾਂ ਤੈਨੂੰ ਮੈਂ ਬਾਅਦ ਸਮਝਾ ਦੂੰ ਪਹਿਲਾਂ ਅੱਜ ਮੈਂ ਤੈਨੂੰ ਆਪਣਾ ਨਾਮ ਚੰਗੀ ਤਰ੍ਹਾਂ ਸਮਝਾ ਦਵਾਂ ਤੂੰ ਮੇਰੇ ਇੰਨੇ ਨਾਮ ਬਦਲਿਆ ਇੰਨੇ ਨਾਮ ਬਦਲਿਆ ਹੁਣ ਮੈਨੂੰ ਖੁਦ ਨੂੰ ਚੇਤਾ ਭੁੱਲ ਗਿਆ ਮੇਰਾ ਅਸਲੀ ਨਾਮ ਕੀ ਆ ਆਏ ਬਸ ਕਰ ਓਏ ਬੰਦ ਕਰ ਆਪਣਾ ਡਰਾਮਾ ਸਾਨੂੰ ਨਹੀਂ ਚਾਹੀਦਾ ਤੇਰਾ ਲੁੱਚਾ ਗਾਉਣਾ ਵਜਾਉਣਾ ਆਪਣਾ ਟੈਂਡ ਫੋੜੀ ਚੱਕੋ ਤਿੱਤਰ ਹੋਵਾ ਇਥੋਂ ਹਾਂ ਇਹ ਕੀ ਹੋ ਰਿਹਾ ਹੈ ਮੈਂ ਸਾਨੂੰ ਤਿੱਤਰ ਹੋਣ ਨੂੰ ਕਹਿ ਰਿਹਾ ਇਥੋਂ ਸ਼ਮਸ਼ੇਰ ਜੀ ਤੁਸੀਂ ਕੌਣ ਹੁੰਦੇ ਨਾਲ ਤਿੱਤਰ ਕਰਨ ਵਾਲੇ ਖਬਰਦਾਰ ਜੇ ਫੁੰਮਣ ਜੀ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤਾਂ ਕਮਾਲ ਕਰਦੇ ਆ ਮੈਡਮ ਤੁਸੀਂ ਉਹ ਸ਼ਬਦ ਨੂੰ ਅੰਜਾਮ ਦੇ ਜਾਂਦਿਆ ਮੈਂ ਇੱਕ ਸ਼ਬਦ ਨਾ ਬੋਲਾਂ ਮੈਂ ਟੱਟੂ ਦਾ ਮੈਨੇਜਰ ਆ ਸ਼ਮਸ਼ੇਰ ਜੀ ਮਾਈਂਡ ਯੋਰ ਲੈਂਗੁਏਜ ਤੁਹਾਨੂੰ ਪਤਾ ਵੀ ਹੈ ਫੁੰਮਣ ਜੀ ਇੱਥੇ ਕਿਉਂ ਹੈ ਪਤਾ ਨਹੀਂ ਕੱਲ ਰਾਤ ਮੈਂ ਪੌੜੀਆਂ ਤੋਂ ਡਿੱਗ ਗਈ ਸੀ ਮੇਰੇ ਮੋਚ ਆ ਗਈ ਫੁੰਮਣ ਜੀ ਮੈਨੂੰ ਆਪ ਚੁੱਕ ਕੇ ਬੈੱਡਰੂਮ ਤੱਕ ਲੈ ਆਏ ਨੇ ਚੁੱਕ ਕੇ ਹਾਂ ਤੇ ਸਾਰੀ ਰਾਤ ਮੇਰੀ ਸੇਵਾ ਕੀਤੀ ਹੈ ਸਾਰੀ ਰਾਤ ਸ਼ਟ ਅਪ ਅੱਛਾ ਫੇਰ ਠੀਕ ਆ ਮੈਂ ਸਮਝਿਆ ਕਰ ਘੰਟੇ ਕਿ ਤੂੰ ਇੱਥੇ ਆ ਦਰ ਫਿਟੇ ਮੂੰਹ ਤੇਰੇ ਓ ਮਾਈ ਗੋਡ ਸੈਂਡੀ ਜੀ ਕਮ ਔਨ ਥੈਂਕ ਯੂ ਤੁਸੀਂ ਕਿਉਂ ਆਪਣਾ ਬਲੱਡ ਪ੍ਰੈਸ਼ਰ ਵਧਾਉਨੇ ਹੋ ਇਹਦਾ ਸ਼ੁਕਰ ਹੈ ਕੀ ਜਾਣਨ ਇਨਸਾਨੀਅਤ ਕੀ ਹੁੰਦੀ ਹੈ ਓ ਮੈਡਮ ਖੜੇ ਹੋ ਗਏ ਨੇ ਹੱਥ ਛੱਡ ਦੇ ਹੁਣ
say sorry to him. Sorry. Mention must. Yeah, Anna, madam. Don't touch. Stupid. Krali besti. Andron pyar kar diya. Oye, pahadi kahan ki jane pyar di pehli. Eta ji ne patli. Samjhla. Aap bahut dandiyan kad. Tu sap te nyole di kitaban ch ladai padi honi hai. Hun tenu main dikhau. ਨਿਆਲਾ ਸੱਪ ਦੇ ਦੰਦ ਕਿਵੇਂ ਭੰਨਦਾ ਹੁਣ ਲਾਉਣੇ ਟੈਗਰ ਨੂੰ ਟੈਲੀਫੋਨ ਹਾਂਜੀ ਟੈਗਰ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੌਲੀ ਬੋਲ ਭਾਈ ਸਾਹਿਬ ਸੁੱਤੇ ਪਏ ਨੇ ਤੇਰੀ ਆਵਾਜ਼ ਫੋਨ ਚੋਂ ਬਾਹਰ ਜਾਂਦੀ ਆ ਉਹ ਮਾੜੇ ਜਿਹੇ ਜਗਾ ਦੇ ਯਾਰ ਉਹ ਤੇਰੇ ਦਿਮਾਗ ਨੂੰ ਉਸਤਾ ਨਹੀਂ ਪੈ ਗਿਆ ਜਗਾ ਦਿਓ ਇੱਕ ਵਾਰੀ ਕਾਂ ਨੇ ਕਾਂ ਕਾਂ ਕਰਕੇ ਭਾਈ ਸਾਹਿਬ ਨੂੰ ਉਠਾਤਾ ਸੀਗਾ ਤੇ ਭਾਈ ਸਾਹਿਬ ਨੇ ਉੱਠ ਕੇ ਕਾਂ ਹੀ ਡਾਤਾ ਸੀਗਾ ਬਾਅਦ ਚ ਉਹ ਯਾਰ ਚਾਹੇ ਚਿੜੀ ਮਾਰੋ ਚਾਹੇ ਕਾਂ ਮਾਰੋ ਚਾਹੇ ਤੋਤਾ ਮਾਰੋ ਤੁਸੀਂ ਮੈਨੂੰ ਐ ਦੱਸੋ ਬਾਈ ਟਾਈਗਰ ਸਾਹਿਬ ਨਾਲ ਮੁਲਾਕਾਤ ਕਦੋਂ ਹੋ ਸਕਦੀ ਹੈ ਅੱਜ ਤੇ ਪੋਸੀਬਲ ਨਹੀਂ ਹੈਗਾ ਕੱਲ ਡੈਮ ਤੇ ਹੋਣਾ ਭਾਜੀ ਹੋਣਾ ਲੰਚ ਕਰਨ ਉੱਥੇ ਆ ਜਿਓ ਠੀਕ ਆ ਫਿਰ ਆਪਾਂ ਡੈਮ ਤੇ ਮਿਲਦੇ ਹਾਂ ਟਾਈਗਰ ਸਾਹਿਬ ਨੂੰ ਕਿੱਧਰ ਮੂੰਹ ਚੁੱਕਿਆ ਓਏ ਇਹ ਤਾਂ ਨਹੀਂ ਚੀਤਾ ਲੱਗਦਾ ਇਹ ਤਾਂ ਆਪਣੇ ਛੱਡ ਲੋਈ ਫਿਰਦਾ ਆ ਭਾਈ ਸਾਹਿਬ ਚੀਤਾ ਸਾਹਿਬ ਨੂੰ ਮਿਲਣਾ ਸੀ ਚੀਤਾ ਸਾਹਿਬ ਉਹ ਕੌਣ ਆ ਆ ਕੋਈ ਲੱਤਾ ਪੰਨਣਾ ਹੋਣਾ ਤੁਹਾਡਾ ਕੋਈ ਬੌਸ ਉਹ ਅਗਲ ਨੂੰ ਹੱਥ ਮਾਰਿਆ ਟਾਈਗਰ ਆ ਭਾਈ ਸਾਹਿਬ ਦਾ ਨਾਂ ਆ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸੀ ਨਾ ਨਵਾਜ਼ ਸ਼ਰੀਫ ਉਹਨੇ ਗਲਤ ਨਾਂ ਲੈਤਾ ਸੀ ਭਾਜੀ ਦਾ ਅੱਛਾ ਭਾਜੀ ਨੇ ਗਵਰਨਰੀ ਰਾਜ ਕਰਾ ਕੇ ਦੇਸ਼ ਨਿਕਾਲਾ ਕਰਾਤਾ ਸੀ ਉਹਨੂੰ ਓ ਯਾਰ ਮੈਂ ਇਲੈਕਸ਼ਨ ਲੜਨੀ ਆ ਮੈਂ ਤਾਂ ਬੰਦੇ ਦੀਆਂ ਲੱਤਾਂ ਬਣਾਉਣੀਆਂ ਹਾਂ ਕਿੱਥੇ ਆ ਹੌਲੀ ਬੋਲ ਇੰਨੀ ਉੱਚੀ ਨਾ ਬੋਲ ਭਾਈ ਸਾਹਿਬ ਦੀ ਗਰਲਫ੍ਰੈਂਡ ਨੇ ਇੱਕ ਵਾਰੀ ਉੱਚੀ ਆਵਾਜ਼ ਚ ਗੱਲ ਕੀਤੀ ਸੀ ਭਾਈ ਸਾਹਿਬ ਨਾਲ ਭਾਈ ਸਾਹਿਬ ਨੇ ਉਹ ਕਿਰਚ ਕੱਢੀ ਮਾਰਤੀ ਓਏ ਨਹੀਂ ਉਹਦੀ ਬਾਹ ਤੇ ਲਿਖਤਾ ਸਪੀਕ ਸਲੋ ਓ ਛੋਟੇ ਭਾਈ ਐਡੀ ਗੱਲ ਨਹੀਂ ਜਿੱਡਾ ਖਲਾਰਾ ਪਾ ਕੇ ਦੱਸੀ ਜਾਣਾ ਮੈਨੂੰ ਲੱਗਦਾ ਜਿੱਦਾਂ ਟਾਈਗਰ ਨੇ ਬੰਦਾ ਰੱਖਿਆ ਇਹਨੇ ਆਪਣਾ ਨੁਕਸਾਨ ਕਰਾ ਲੈਣਾ ਹੌਲੀ ਹੌਲੀ ਪੈਰਾਂ ਦੀ ਆਵਾਜ਼ ਨਾ ਆਵੇ ਭਾਈ ਸਾਹਿਬ ਬਹੁਤ ਬੁਰਾ ਮਨਾਉਂਦੇ ਨੇ ਚੀਤਾ ਆਪਣੇ ਟਾਈਗਰ ਟਾਈਗਰ ਸਾਹਿਬ ਸਤਿ ਸ੍ਰੀ ਅਕਾਲ ਆ ਗਿਆ ਉਹ ਤੂੰ ਹਾਂਜੀ ਚੱਲ ਕੰਮ ਦੱਸ ਕਾਕਾ ਸਾਡੇ ਕੋਲ ਟਾਈਮ ਬਹੁਤ ਘੱਟ ਆ ਤੇ ਕੰਮ ਬਹੁਤ ਜ਼ਿਆਦਾ ਆ ਦੋ ਕੁ ਬੰਦੇ ਮਾਰਨੇ ਆ ਇੱਕ ਬੈਂਕ ਲੁੱਟਣਾ ਤੇ ਇੱਕ ਨਿੱਕਾ ਜਿਹਾ ਬਲਾਸਟ ਬੈਂਕਾਕ ਬ੍ਰਿਜ ਤੇ ਕਰਨਾ ਆ ਤਾਂ ਕਾਕਾ ਪਿਸਤੌਲ ਤਾਂ ਗਰਮ ਹੋਣੀ ਆ ਲੱਗਿਆ ਤਾਂ ਤੇਰਾ ਵੀ ਕੰਡਾ ਖਿੱਚ ਦੂੰਗੇ ਉਹ ਨਹੀਂ ਮੇਰਾ ਨਹੀਂ ਟਾਈਗਰ ਸਾਹਿਬ ਕੰਡਾ ਖਿੱਚਣਾ ਮੈਂ ਤੁਹਾਨੂੰ ਦੱਸਦਾ ਮੇਰੀ ਉਮਰ ਦਾ ਇੱਕ ਬੰਦਾ ਆ ਫੁੰਮਣ ਸਿੰਘ ਠੀਕ ਆ ਜੀ ਉਹਦੀ ਬਸਰ ਬਬਰ ਧੂਆ ਘੜੀ ਸੀ ਕਰਾਉਣੀ ਉਹਨੂੰ ਚੱਕਣਾ ਆ ਠੀਕ ਆ ਜੀ ਤੇ ਤੁਹਾਡੇ ਬੰਦੇ ਨੂੰ ਮੈਂ ਪੈਸੇ ਦੇ ਦਿੱਤੇ ਆ ਲੋਕੇਸ਼ਨ ਮੈਂ ਦੱਸਤੀ ਆ ਬਸ ਚੱਲ ਕਾਕਾ ਤੂੰ ਆਏ ਕਰ ਤੂੰ ਸਮੁੰਦਰ ਦੀ ਠੰਡੀ ਠੰਡੀ ਹਵਾ ਲੈ ਤਾਂ ਗੋਰੀਆਂ ਦੇ ਨਜ਼ਾਰੇ ਲੁੱਟ ਮੈਂ ਆਏ ਗਿਆ ਤੇ ਆਏ ਆਇਆ ਫੁੰਮਣ ਦੀ ਹਿੱਕ ਵਿੱਚ ਦੋ ਲੱਤਾਂ ਮਾਰ ਕੇ ਅਸਮਾਨ ਤੋਂ ਗੜੇ ਡਿੱਗਦੇ ਦੇਖੇ ਬਿਜਲੀ ਡਿੱਗਦੀ ਦੇਖੀ ਪਰ ਬੰਦੇ ਵਰਗੀ ਚੀਜ਼ ਪਹਿਲੀ ਵਾਰ ਡਿੱਗਦੀ ਦੇਖੀ ਆ ਇਹ ਤਾਂ ਸੱਚੀ ਦਾ ਬੰਦਾ ਹੈ ਤੁਸੀਂ ਬੜੀ ਜ਼ੋਰ ਦੀ ਡਿੱਗੇ ਹੋ ਤੁਸੀਂ ਠੀਕ ਤਾਂ ਹੋ ਨਾ ਪ੍ਰੀਤਾ ਹਾਂਜੀ ਹਲਦੀ ਵਾਲਾ ਦੁੱਧ ਲੈ ਕੇ ਆਈ ਤੁਸੀਂ ਠੀਕ ਤਾਂ ਹੋ ਨਾ ਤੁਹਾਡੀ ਲੱਗੀ ਤਾਂ ਨਹੀਂ ਲੱਗੀ ਤਾਂ ਬਹੁਤ ਜ਼ੋਰ ਦੀ ਹੈ ਪਰ ਇਹ ਹੋਇਆ ਕਿਵੇਂ ਹਾਂ ਉਹ ਜੀ ਮੈਂ ਤਾਂ ਦੁਸ਼ਮਣਾਂ ਦੀ ਕੋਈ ਚਾਲ ਲੱਗਦੀ ਹੈ ਮੈਂ ਤਾਂ ਰਾਮਨਾਥ ਸਾਈਕਲ ਚਲਾਈ ਜਾਂਦਾ ਸੀ ਪਤਾ ਨਹੀਂ ਸੜਕ ਤੇ ਕਿਸੇ ਨੇ ਬੰਬ ਲਾਇਆ ਹੋਇਆ ਸੀ ਮੈਂ ਉੱਥੇ ਪਹੁੰਚਿਆ ਤੇ ਧੜਾਮ ਬੰਬ ਫੜ ਗਿਆ ਤੇ ਮੈਂ ਜੀ ਇੱਥੇ ਪਰ ਮੈਂ ਤਾਂ ਬੰਬ ਦੀ ਆਵਾਜ਼ ਸੁਣੀ ਨਹੀਂ ਜੀ ਬੰਬ ਸਾਇਲੈਂਟ ਸੀ ਬੰਬ ਵੀ ਸਾਇਲੈਂਟ ਹੁੰਦੇ ਆ ਮੈਡਮ ਜੀ ਹਾਂ ਹਾਂ ਜਲਦੀ ਦੇ ਲਓ ਦਿਓ ਪੀਓ ਪੀ ਤਾਂ ਰਿਹਾ ਡ੍ਰਿੰਕ ਮਿਲਕ ਜੀ ਜੀ
हुन किदां दा महसूस कर रहे हो? बड़ा चंगा महसूस हो रहा जी हुन। हाँ? पर एक गल सच मन्यो। हाँ? एना फर्क मेनू दुध नाल ही पिया जिन्ना थोड़िया मिट्टिया मिट्टिया गल्ला नाल पै गया। हुन तां मेनू तुसी भावे मिल्खा सिंह नाल पुजा लो, उत्थों वी मैं जित के आ जाऊंगा। चुबिया आयो तला दे कंडे। ओ डॉन साहब, तुहानू किसे दी पसलियां भन्नने वास्ते भेजिया सी, तुसी आप ही गुजिया सट्टा लवा के आ गए। तुसी डॉन टट्टू दे ओ जबान नु लगांदे ओए, ऐदां ही एक वारी बुश बोलिया ही भाजी ने, औखा हो गए ते भाजी ने अगले दिन जहाज भेज के ते वर्ल्ड ट्रेड सेंटर दा बेड़ा गर्क करता सी। ओ मेरी गल सुनो ओए, ओ तू एदा बंदा ना हुंदा ना, मैं तेरे छाती लत्ता मारने तैनूं दसां, ओ तका मैनूं देने कीता सी। टाइगर होरी आई चोड़े होके तुरे फिर दिया, इन्हां कोले ने बंदे ही हनी, ओ फड़न गे की सानू। ओ चल छड यार, जेड़ा तुहानू काम करन लई भेजिया सी ओ होया कि नहीं? ओ काका काम तां हो गया, पर तेरे आला नहीं मेरे आला हो गया ही। ओ किवें? मैं समझिया नहीं। उस दिन जद मैं उधर गया ना, मेरा पैर किते अड़िया ते मैं डिग पिया। ओ मैनू एक बड़ी सोहनी जी कुड़ी ने सहारा दिता ओए, ओ मेरा पसीना पूंझिया ओने अपने नरम नरम हत्थां नाल, मैनू हल्दी वाला दुध पियाया काका। होय 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 होय, आए हाथ लाया, आए हाथ लाया, आए हाथ लाया। आए ओहन टाइगर होना दी जिंदगी दा इक्को ही मकसद हैगा, उस कुड़ी नू अपना बनाउणा। हाय ओ बकरी गल्ला डॉन साहब, तुहानू प्यार हो गया, प्यार दे चक्कर च हुण आपां काम थोड़ी बंद कर लैणा। प्यार तां सोहणी ने भी कीता ही, इहदा मतलब इह थोड़ी कि उहने घड़े बणाउणे बंद करते। बस बस हुण जिहड़ा भाई साहब दे विच आ, हुण ते मंजाइलां डिगण गईआं। ओ छोटे वीर तूं कृपा करिआ करो, ओए भाई साहब तां जा गोली दी गल करदे, मामा तूं निक्की निक्की गल ते मंजाइल कढ के बहि जांदा। ओ काका हुण मेरे ते उस कुड़ी दे प्यार दे विच जिहड़ा वी आया ना, ओ भावें उहदा घरवाला होवे या उहदा आशिक, उहदीआं हड्डीआं दा सुरमा ना बैंकाक दीआं गलीआं विच विकूगा।